ਨਿਊ ਸੌਂਗ ਵਾਸਤੇ ਆਪਾਂ ਮੇਰੇ ਲਾਈਵ ਹੋਏ ਹਾਂ, ਸੋ 1100 ਹੋ ਗਏ ਵੇਖਣ ਵਾਲਿਆਂ ਦੀ ਗਿਣਤੀ। ਅਤੇ ਸਹੀ 10 ਵਜੇ ਆਪਣਾ ਗਾਣਾ ਰਿਲੀਜ਼ ਹੋ ਜਾਣਾ ਕੰਡਾ ਤਾਰ। ਆਪਣੇ ਆਰਨੇਤ ਅਫੀਸ਼ੀਅਲ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਹੋਇਆ, ਅਤੇ ਸਾਰੇ ਗਾਣੇ ਨੂੰ ਸੁਣਿਓ ਅਤੇ ਆਪੋ ਆਪਣੇ ਵਿਊ ਦਿਓ। ਅਤੇ ਮੈਂ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਕੰਡਾ ਤਾਰ ਗਾਣੇ ਦਾ ਨਾਂ ਤੁਸੀਂ ਇਹ ਨਾ ਸਮਝੋ ਕੰਡਾ ਤਾਰ ਵੀ ਕਿਸੇ ਮੈਂ ਹੱਦ ਸਰਹੱਦ ਜਾਂ ਕਿਸੇ ਬਾਰਡਰ ਦੀ ਗੱਲ ਕੀਤੀ ਹੈ। ਅਤੇ ਉਹਦੇ 'ਚ ਮੈਂ ਗੱਲ ਕੀਤੀ ਹੈ ਇੱਕ ਮਜ਼ਦੂਰ ਦਿਹਾੜੀਦਾਰ ਬੰਦੇ ਦੀ, ਅੱਜ ਦੇ ਸਮੇਂ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਔਖਾ ਹੋਇਆ ਹੋਇਆ ਕਰੋਨਾ ਵਾਇਰਸ ਨੂੰ ਲੈ ਕੇ, ਤਾਂ ਮੇਰਾ ਖਿਆਲ ਮਜ਼ਦੂਰ ਦਿਹਾੜੀਦਾਰ ਇੱਕ ਬੰਦਾ, ਉਹਦੀ ਰੋਟੀ ਜਿਹੜਾ ਬੰਦਾ ਸਵੇਰੇ ਜਾ ਕੇ ਸ਼ਾਮ ਨੂੰ ਕਮਾ ਕੇ ਆਪਣੇ ਘਰ ਦੇ ਬੱਚਿਆਂ ਦੇ ਲਈ ਲੈ ਕੇ ਆਉਂਦਾ ਸੀ, ਅਤੇ ਉਹ ਬੰਦ ਹੋ ਚੁੱਕੀ ਉਹਦੀ। ਅਤੇ ਇਹਦਾ ਇੱਕ ਕਨਸੈਪਟ ਲਿਆ, ਜਿੱਦਾਂ ਇੱਕ ਮਜ਼ਦੂਰ ਬੰਦੇ ਕੋਲ ਘੁੜੋਕਾ ਹੁੰਦਾ ਪੀਟਰ, ਜਿਹਦੇ ਨਾਲ ਉਹ ਆਪਣੀ ਰੋਜ਼ੀ ਰੋਟੀ ਕਮਾਉਂਦਾ, ਅਤੇ ਉਹਦੇ ਘਰ ਵਾਲੀ ਅਤੇ ਉਹਦੇ ਬੱਚੇ ਫਿਕਰ ਕਰਦੇ ਵੀ ਆਪਣਾ ਇੱਕੋ ਹੀ ਸਾਧਨ ਸੀਗਾ ਰੋਜ਼ੀ ਰੋਟੀ ਦਾ, ਅਤੇ ਉਹ ਵੀ ਰੁਕ ਗਿਆ ਕਰੋਨਾ ਵਾਇਰਸ ਕਰਕੇ। ਅਤੇ ਫਿਰ ਉਹ ਆਪਣੇ ਬੱਚਿਆਂ ਨੂੰ ਆਪਣੀ ਘਰ ਦੀ ਨੂੰ ਇਹੀ ਮੈਸੇਜ ਦਿੰਦਾ ਸਮਝਾਉਂਦਾ ਵੀ ਜਿਹੜਾ ਇਹ ਮਾੜਾ ਟਾਈਮ ਹੈ ਇਕੱਲਾ ਆਪਣੇ 'ਤੇ ਨਹੀਂ, ਤੂੰ ਆਪਣੇ ਘੁੜੋਕੇ ਨੂੰ ਰੋਂਦੀ ਹੈ, ਇੱਥੇ ਜਹਾਜ ਵੀ ਬੰਦ ਹੋ ਗਏ ਆ। ਅਤੇ ਇੱਕ ਆਮ ਮਜ਼ਦੂਰ ਦਿਹਾੜੀਦਾਰ ਪਿੰਡਾਂ ਦੇ ਵਿੱਚ ਜਿਹੜੇ ਕੰਮ ਕਾਰ ਕਰਦੇ ਉਹਨਾਂ ਦੀ ਗੱਲ ਹੈ, ਸੋ ਸਾਰੇ ਤੁਸੀਂ ਸਪੋਰਟ ਕਰਿਓ ਸੁਣਿਓ। ਅਤੇ ਇੱਕ ਇਹ ਨਹੀਂ ਵੀ ਉਹ 'ਚ ਕੋਈ ਬਾਹਲੀਆਂ ਡੀਪਲੀ ਜੀਆਂ ਗੱਲਾਂ ਨੇ, ਡੂੰਘੀਆਂ ਗੱਲਾਂ ਲਿਖੀਆਂ ਹੋਈਆਂ ਸਾਰੀਆਂ ਜੋ ਅੱਜ ਦੇ ਦਿਨਾਂ ਦੇ ਵਿੱਚ ਸਮਾਜ ਦੇ ਵਿੱਚ ਵਿਚਰ ਰਹੀਆਂ ਉਹੀ ਗੱਲਾਂ ਗਾਣੇ ਦੇ ਵਿੱਚ ਲਿਖੀਆਂ। ਆਈ ਹੋਪ ਤੁਸੀਂ ਸਾਰੇ ਪਸੰਦ ਕਰੋਗੇ। ਅਤੇ ਬਾਕੀ ਗਾਣਾ ਹਮੇਸ਼ਾ ਮੈਂ ਜਦੋਂ ਕੋਈ ਗਾਣਾ ਲਿਖਦਾ ਅਤੇ ਆਪਣੇ ਚਾਹੁਣ ਵਾਲੇ ਨੂੰ ਕੇ ਲਿਖਦਾ ਹਾਂ, ਕਿਉਂਕਿ ਅੱਜ ਤੱਕ ਜੋ ਵੀ ਲਿਖਿਆ ਤੁਸੀਂ ਸਾਰਿਆਂ ਨੇ ਕਬੂਲ ਕੀਤਾ, ਪਸੰਦ ਕੀਤਾ, ਅਤੇ ਤੁਸੀਂ ਇਹਨੂੰ ਵੀ ਸਾਰੇ ਪਸੰਦ ਕਰੋਗੇ। ਬਾਈ ਰਾਜਸਥਾਨ ਵਾਲੇ ਯਾਦ ਕਰਨਗੇ ਗੰਗਾਨਗਰ ਨਾਲ ਬਾਈ ਦਾ ਵਧੀਆ ਰਿਸ਼ਤਾ। ਹਾਂਜੀ ਹਾਂਜੀ ਵੀਰੇ, ਥੈਂਕ ਯੂ ਬ੍ਰੋ, ਥੈਂਕ ਯੂ। ਗੰਗਾਨਗਰ ਪਿੱਛੇ ਸ਼ੋਅ ਕਰਕੇ ਗਏ ਸੀ ਤੁਸੀਂ, ਬਹੁਤ ਸਾਰਾ ਪਿਆਰ ਦਿੱਤਾ ਸਾਰਿਆਂ ਨੇ, ਬਹੁਤ ਵਧੀਆ ਲੱਗਿਆ ਤੁਹਾਡੇ ਏਰੀਏ ਦੇ ਵਿੱਚ ਆ ਕੇ। ਸੋ ਤੁਸੀਂ ਸ਼ਾਇਦ ਵੀਡੀਓ ਦੇ ਵਿੱਚ ਵੇਖ ਰਹੇ ਹੋ ਵੈਦਰ ਕਿੰਨਾ ਸਾਫ਼ ਹੈ, ਕਿਉਂਕਿ ਇੰਡੀਆ ਇੱਕ ਫੋਰਨ ਬਣਿਆ ਪਿਆ, ਪ੍ਰਦੂਸ਼ਣ ਰਹਿਤ ਹੋਇਆ ਹੋਇਆ। ਕਨਵਰ ਬਰਾੜ ਕਿਆ ਬਾਤਾਂ, ਗੁੱਡ ਬ੍ਰੋ, ਕਿੱਦਾਂ ਜੀ ਕਨਵਰ ਵੀਰਾ, ਜੱਟ ਸਾਹਿਬ ਕੰਡਾ ਤਾਰ ਨਾਈਸ ਸੌਂਗ ਕੀਤਾ ਵੀਰ। ਅਤੇ ਕੰਡਾ ਤਾਰ, ਕੰਡਾ ਤਾਰ ਉਹਦੀ ਗੱਲ ਕਰਦਾ ਜੋ ਖੇਤਾਂ ਦੇ ਵਿੱਚ ਕਵਾੜ ਲੱਗੀ ਹੁੰਦੀ ਹੈ ਇੱਕ ਗਰੀਬ ਮਜ਼ਦੂਰ ਦਿਹਾੜੀਦਾਰ ਦੇ, ਜਦੋਂ ਉਹਦੇ 'ਚ ਫਸ ਕੇ ਲੀੜੇ ਫਟ ਜਾਂਦੇ ਨੇ ਤਾਂ ਸਾਰੇ ਟੱਬਰ ਨੂੰ ਉਹਦਾ ਦੁੱਖ ਵੀ ਸਹਿਣ ਕਰਨਾ ਔਖਾ ਹੁੰਦਾ, ਕਿਉਂਕਿ ਉਹਦੇ ਲਈ ਇੱਕ ਰੋਜ਼ੀ ਰੋਟੀ ਕਮਾਉਣੀ ਬਹੁਤ ਔਖੀ ਹੁੰਦੀ ਹੈ। ਅਤੇ ਉਹਦਾ ਇੱਕ ਦਰਦ, ਇੱਕ ਮਜ਼ਦੂਰ ਜਿੰਨਾ ਕੁ ਮਤਲਬ ਛੋਟਾ ਮਜ਼ਦੂਰ ਹੁੰਦਾ ਉਨੀ ਕੁ ਛੋਟੀ ਸੱਟ ਜਿਹੜੀ ਉਹ ਬਰਦਾਸ਼ਤ ਨਹੀਂ ਕਰ ਸਕਦਾ, ਅਤੇ ਉਹ ਗਾਣੇ ਦੇ ਵਿੱਚ ਬਿਆਨ ਕੀਤਾ। ਸੋ ਮੈਂ ਵਾਲੇ ਜਿਹੜੇ ਨੌਲੇਜ ਰੱਖਦੇ ਆ, ਵਾਲੇ ਵੱਡੇ ਜਿਹੜੇ ਸੂਝਵਾਨ ਆ, ਮੈਂ ਉਹਨਾਂ ਨੂੰ ਪਹਿਲਾਂ ਹੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੀ ਜਿਹੜੀ ਲੋੜ ਤੋਂ ਵੱਧ ਨੌਲੇਜ ਤਾਂ ਆਪਣੇ ਕੋਲ ਹੀ ਰੱਖਿਓ ਵੀਰ ਬਣ ਕੇ, ਅਤੇ ਕਿਉਂਕਿ ਇਹ ਗਾਣਾ ਹਰ ਇੱਕ ਆਮ ਇਨਸਾਨ ਲਈ, ਆਮ ਮਜ਼ਦੂਰਾਂ ਬੰਦਿਆਂ ਲਈ, ਗਰੀਬ ਬੰਦੇ ਲਈ ਆ। ਅਤੇ ਕਿਉਂਕਿ ਵਿੱਚ ਹੁਣ ਗਾਣਾ ਰਿਲੀਜ਼ ਹੋਣ ਤੋਂ ਬਾਅਦ ਬੜੇ ਉੱਠ ਖੜ੍ਹਦੇ ਨੇ ਵੀ ਕੀ ਮਾਹੌਲ ਚੱਲੀ ਜਾਂਦਾ ਤੁਹਾਨੂੰ ਗਾਣਿਆਂ ਦੀ ਪਈ ਆ। ਅਸਲ ਜੇ ਪਰਮਾਤਮਾ ਨੇ ਸਾਨੂੰ ਕਲਮ ਦਿੱਤੀ ਹੈ ਤਾਂ ਸਾਨੂੰ ਹਰ ਇੱਕ ਸਮੇਂ ਦਾ ਲਿਖਣਾ ਆਉਣਾ ਚਾਹੀਦਾ, ਅਤੇ ਮੈਂ ਵਾਹਿਗੁਰੂ ਦਾ ਸ਼ੁਕਰ ਕਰਦਾ ਵੀ ਉਹਨੇ ਇੰਨੇ ਕੁ ਯੋਗੇ ਕੀਤੇ ਆ। ਅਤੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਟਾਈਮ ਹੀ ਮੈਂ ਗਾਈ ਜਾਵਾਂ, ਤੇਰਾ ਯਾਰ ਡਿਫਾਲਟਰ ਤਾਂ ਹੋਇਆ, ਕੁਝ ਬੰਦੇ ਡਿਫਾਲਟਰ ਟੱਕਰ ਗਏ ਜਾਂ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ। ਅਤੇ ਬਾਕੀ ਇਹ ਗੱਲਾਂ ਤਾਂ ਆਪਾਂ ਸਾਫ਼ ਮੰਨਦੇ ਹਾਂ, ਦੁਨੀਆ ਸਿਰੇ ਤੋਂ ਸਿਰੇ ਪਈ ਹੈ, ਦੱਬਣ ਦੁੱਬਣ ਵਾਲੇ ਵੀ ਬਹੁਤ ਆ। ਅਤੇ ਬਾਕੀ ਅਸਲ ਸ਼ਾਇਰ ਜਾਂ ਲੇਖਕ ਉਹੀ ਹੁੰਦਾ ਜੋ ਸਮੇਂ ਦੇ ਹਿਸਾਬ ਨਾਲ ਚੱਲੇ। ਅੱਜ ਜੋ ਮੌਜੂਦਾ ਹਾਲਾਤ ਬਣੇ ਹੋਏ ਆ ਤਾਂ ਸਾਡਾ ਬਣਦਾ ਹਿੱਸਾ ਹਰ ਇੱਕ ਸ਼ਾਇਰ ਨੂੰ ਉਹਦੇ 'ਚ ਪਾਉਣਾ ਚਾਹੀਦਾ, ਕਿਉਂਕਿ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਜਿਹੜੇ ਮਤਲਬ ਅਨਕੰਫਰਟੇਬਲ ਫੀਲ ਕਰ ਰਹੇ ਬਹੁਤ ਦਿਨ ਹੋ ਗਏ, ਅਤੇ ਉਹਨਾਂ ਦਾ ਇੱਕ ਇੰਜੋਇਮੈਂਟ ਲਈ ਕੁਛ ਨਾ ਕੁਛ ਉਹਨਾਂ ਨੂੰ ਘਰੇ ਬੈਠਣ ਨੂੰ ਚੇਂਜਸ ਜਿਹੜਾ ਲਾਈਫ ਦੇ ਵਿੱਚ ਚਾਹੀਦਾ। ਸੋ ਉਹ ਅਸੀਂ ਕਲਾਕਾਰ ਲੋਕ ਜਾਂ ਐਕਟਰਸ ਲੋਕ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ, ਮਤਲਬ ਹੋਰ ਕੌਣ ਕਰੂਗਾ। ਸੋ ਵੀਰ ਬਣ ਕੇ ਜਿਹੜੇ ਕੋਈ ਵੀ ਚੀਜ਼ ਗਾਣਾ ਰਿਲੀਜ਼ ਹੁੰਦਾ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਵਾਲੇ ਵੱਡੇ ਵਿਦਵਾਨ ਬਣ ਜਾਂਦੇ ਨੇ, ਸਿਆਣੇ ਬਣ ਜਾਂਦੇ ਨੇ ਵੀ ਇੱਦਾਂ ਕਰਕੇ ਵੀ ਇਹਨਾਂ ਨੂੰ ਗਾਣਿਆਂ ਦੀ ਇਹ ਉਹ। ਸੋ ਵੀਰੇ ਅਸਲ ਜੋ ਸਮੇਂ ਦੇ ਵਿੱਚ ਹਾਲਾਤ ਚੱਲਦੇ ਤਾਂ ਸਾਨੂੰ ਬਿਆਨ ਕਰਨਾ ਚਾਹੀਦਾ, ਕਿਉਂਕਿ ਜਿਹੜੀਆਂ ਅਤਕਥਨੀਆਂ ਹੁੰਦੀਆਂ ਨੇ ਉਹ ਤਾਂ ਆਪਾਂ ਰੋਜ਼ ਹੀ ਲਿਖੀ ਜਾਂਦੇ ਹਾਂ, ਪਰ ਜੋ ਸਮੇਂ ਦੇ ਵਿੱਚ ਚੱਲ ਰਿਹਾ ਉਹ ਜ਼ਰੂਰੀ ਹੁੰਦਾ। ਅਤੇ ਬਾਕੀ ਗਾਣਾ ਮੈਂ ਤੁਹਾਡੇ ਲਈ ਕੀਤਾ, ਸੋ ਮੇਰੇ ਵਰਗੇ ਆ ਸਾਰੇ ਜਿਹੜੇ ਮੇਰੇ ਚਾਹੁਣ ਵਾਲੇ ਆ,